ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸਿੰਗਰ ਅਤੇ ਸੌਂਗ ਰਾਈਟਰ ਦੀ ਜਿਸ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ, ਆਈਜ਼ ਔਨ ਯੂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿੰਗਰ ਤੇ ਸੌਂਗ ਰਾਈਟਰ ਤਰਸੇਮ ਜੱਸੜ ਦੀ। ਤਰਸੇਮ ਜੱਸੜ ਨੂੰ ਬਹੁਤ ਹੀ ਜਲਦ ਲੈ ਕੇ ਆ ਰਹੇ ਨੇ ਆਪਣਾ ਇੱਕ ਹੋਰ ਨਵਾਂ ਟਰੈਕ। ਇਸ ਬਾਰੇ 'ਚ ਇਨਫੋਰਮੇਸ਼ਨ ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਦਿੱਤੀ ਹੈ। ਇਸ ਨਵੇਂ ਟਰੈਕ ਦਾ ਨਾਮ ਹੋਏਗਾ ਰਿਬੈਲ। ਤਰਸੇਮ ਜੱਸੜ ਨੇ ਆਪਣੇ ਇਸ ਨਵੇਂ ਆਉਣ ਵਾਲੇ ਗਾਣੇ ਰੇਬਲ ਦੀ ਇਨਫੋਰਮੇਸ਼ਨ ਆਪਣੇ ਇੰਸਟਾਗ੍ਰਾਮ ਤੇ ਆਪਣੀ ਇੱਕ ਪਿਕ ਦੇ ਨਾਲ ਕੈਪਸ਼ਨ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਕੈਪਸ਼ਨ ਚ ਤਰਸੇਮ ਜੱਸੜ ਨੇ ਲਿਖਿਆ, ਰੇਬਲ ਔਨ ਦਾ ਵੇ। ਦੱਸ ਦਈਏ ਤੁਹਾਨੂੰ ਕਿ ਗਾਣੇ ਰੇਬਲ ਨੂੰ ਲਿਖਿਆ ਤੇ ਗਾਇਆ ਤਰਸੇਮ ਜੱਸੜ ਨੇ ਤੇ ਇਸ ਗਾਣੇ ਦਾ ਮਿਊਜ਼ਿਕ ਕੀਤਾ ਵੈਸਟਰਨ ਪੇਂਡੂਜ਼ ਨੇ। ਹਾਲਾਂਕਿ ਤਰਸੇਮ ਜੱਸੜ ਨੇ ਗਾਣੇ ਦੀ ਕੋਈ ਰਿਲੀਜ਼ ਡੇਟ ਨਾ ਰਿਵੀਲ ਨਹੀਂ ਕੀਤੀ, ਪਰ ਇਸ ਗਾਣੇ ਦੇ ਨਾਮ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਬੀਟ ਸੌਂਗ ਹੋਵੇਗਾ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।